ਜਲੰਧਰ ਦੇ ਵਿੱਚ ਚੋਰਾਂ ਦੇ ਵੱਲੋਂ ਤੜਕੇ 5:30 ਵਜੇ ਦੇ ਕਰੀਬ 5 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਚੋਰਾਂ ਦੇ ਵੱਲੋਂ 5 ਦੁਕਾਨਾਂ ਦੇ ਵਿੱਚ ਚੋਰੀ ਕੀਤੀ ਗਈ ਹੈ। ਇਸ ਦੇ ਵਿੱਚ ਕੁਝ ਕੱਪੜੇ ਦੇ ਸ਼ੋਰੂਮ ਦੱਸੇ ਜਾ ਰਹੇ ਨੇ ਤੇ ਇੱਕ ਮਨੀ ਐਕਸਚੇਂਜ ਦੀ ਦੁਕਾਨ ਦੱਸੀ ਜਾ ਰਹੀ ਹੈ। ਦੱਸੀ ਕਿ ਇਹ ਘਟਨਾ ਸੈਦਾ ਗੇਟ ਤੋਂ ਲੈ ਕੇ ਮਾਹਿਰਾ ਗੇਟ ਤੱਕ ਵਾਪਰੀ ਹੈ ਜਿਸ ਦੇ ਵਿੱਚ 5 ਦੁਕਾਨਾਂ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਉੱਥੇ ਦੱਸੀ ਕਿ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ। ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਚੋਰ SUV ਗੱਡੀ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਸੀ ਤੇ ਹਥਿਆਰਾਂ ਦੇ ਨਾਲ ਮਿਲ ਕੇ ਜਿਹੜਾ ਹੈ ਉਹਨਾਂ ਦੇ ਵੱਲੋਂ 5 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਵਿੱਚ ਰੈਮੰਡ ਦਾ ਸ਼ੋਰੂਮ ਦੱਸਿਆ ਜਾ ਰਿਹਾ ਹੈ, ਏਂਜਲ ਫੈਸ਼ਨ ਗੈਲਰੀ ਦੱਸੀ ਜਾ ਰਹੀ, ਇੱਕ ਮਨੀ ਐਕਸਚੇਂਜ ਦੀ ਦੁਕਾਨ ਦੱਸੀ ਜਾ ਰਹੀ ਹੈ ਤੇ ਦੱਸਦੀ ਹੈ ਕਿ 5 ਦੁਕਾਨਾਂ ਜਿਹੜੀਆਂ ਨੇ ਚੋਰਾਂ ਦੇ ਵੱਲੋਂ ਜਿੱਥੇ ਚੋਰੀ ਕੀਤੀ ਗਈ ਹੈ, ਸੈਦਾ ਗੇਟ ਤੋਂ ਲੈ ਕੇ ਮਾਈ ਹੀਰਾ ਗੇਟ ਤੱਕ 5 ਦੁਕਾਨਾਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਚੋਰੀ ਕੀਤੀ ਗਈ ਹੈ। ਉੱਥੇ ਦੱਸਦੀ ਕਿ ਤੜਕੇ 5:30 ਵਜੇ ਦੀ ਇਹ ਘਟਨਾ ਹੈ ਤੇ ਸਾਰੀ ਘਟਨਾ ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੋਈ ਹੈ ਜਿਸ ਦੇ ਵਿੱਚ ਚੋਰ ਕੈਦ ਹੋਏ ਨੇ ਕਿ SUV ਗੱਡੀ ਦੇ ਵਿੱਚ ਸਵਾਰ ਹੋ ਕੇ ਉਹ ਚੋਰੀ ਕਰਨ ਦੇ ਲਈ ਆਉਂਦੇ ਨੇ, ਹਥਿਆਰ ਉਹਨਾਂ ਨੇ ਹੱਥਾਂ ਦੇ ਵਿੱਚ ਫੜੇ ਹੋਏ ਸੀ। ਉੱਥੇ ਦੱਸਦੀ ਕਿ ਦੁਕਾਨਦਾਰਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਦੁਕਾਨਦਾਰ ਸਵੇਰੇ ਆਪਣੀਆਂ ਦੁਕਾਨਾਂ ਖੋਲ੍ਹਣ ਦੇ ਲਈ ਪਹੁੰਚਦੇ ਨੇ ਤਾਂ ਉਹਨਾਂ ਦੀ ਦੁਕਾਨਾਂ ਦੇ ਬਾਹਰ ਤਾਲੇ ਨਹੀਂ ਲੱਗੇ ਹੁੰਦੇ, ਜਿਸ ਤੋਂ ਬਾਅਦ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਉਹਨਾਂ ਦੇ ਤਾਲੇ ਟੁੱਟੇ ਹੁੰਦੇ ਨੇ। ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੀ ਦੁਕਾਨ ਦੇ ਵਿੱਚ ਚੋਰੀਆਂ ਹੋ ਚੁੱਕੀਆਂ ਨੇ। ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਜਾਂਦੀ ਹੈ। ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਸੀਸੀਟੀਵੀ ਖੰਗਾਲੇ ਜਾ ਰਹੇ ਹੈ ਤੇ ਹਿਸਾਬ ਕਿਤਾਬ ਲਗਾਇਆ ਜਾ ਰਿਹਾ ਹੈ ਕਿ ਕਿਹੜੀ ਦੁਕਾਨ ਦੇ ਵਿੱਚੋਂ ਕਿੰਨੀ ਚੋਰੀ ਹੋਈ ਹੈ, ਕਿੰਨੀ ਨਕਦੀ ਉੱਥੋਂ ਲੈ ਕੇ ਗਏ ਨੇ ਜਾਂ ਹੋਰ ਕੀ ਕੁਝ ਸਮਾਨ ਉਹਨਾਂ ਦੇ ਵੱਲੋਂ ਲਜਾਇਆ ਗਿਆ ਚੋਰਾਂ ਦੇ ਵੱਲੋਂ, ਸਾਰਾ ਹਿਸਾਬ ਜਿਹੜਾ ਹੈ ਪੁਲਿਸ ਦੇ ਵੱਲੋਂ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ। ਸਵੇਰੇ ਫੋਨ ਆਇਆ ਸ਼ਹਿਰੀ ਭਾਜੀ ਉਹਨਾਂ ਦਾ, ਠੀਕ ਹੈ ਨਾ, ਕਿ ਇੱਦਾਂ ਇੱਦਾਂ ਕਿ ਵਾਰਦਾਤ ਹੋਈ ਦੁਕਾਨ ਦੇ ਬਾਹਰ ਤੇ ਅਸੀਂ ਉਸੇ ਵੇਲੇ ਆਏ ਹਾਂ ਤੇ ਆਪਣੇ ਸੁਰਿੰਦਰਵਾਲ ਜੀ ਇੱਥੇ ਖੜੇ ਸੀ, ਉਦੋਂ ਮੌਕੇ ਤੇ ਮੌਜੂਦ ਹੀ ਸੀ ਤੇ ਜਦੋਂ ਆਪਾਂ ਸ਼ਟਰ ਖੋਲਿਆ ਤੇ ਅੰਦਰ ਆਏ ਸਾਰੇ ਮਿਲ ਕੇ ਤੇ ਅਸੀਂ ਦੇਖਿਆ ਤੇ ਸਭ ਕੁਝ ਸੇਫ ਹੀ ਸੀ। ਤੇ ਕਿੰਨਾ ਕੁ ਨੁਕਸਾਨ ਹੋ ਗਿਆ ਭਾਜੀ? ਨੁਕਸਾਨ ਭਾਜੀ ਤੁਹਾਡੇ ਸਾਹਮਣੇ ਸ਼ੀਸ਼ੇ ਦਾ ਹੋਇਆ ਜੀ, ਲੋਕ ਦਾ ਹੋਇਆ ਵਾ, ਅੰਦਰ ਕੈਸ਼ ਵਗੈਰਾ ਕੁਝ ਨਹੀਂ ਸੀ, ਕੈਸ਼ ਵਗੈਰਾ ਕੁਝ ਨਹੀਂ ਸੀ। ਪੁਲਿਸ ਨੂੰ ਸੂਚਨਾ ਦੇ ਦਿੱਤੀ? ਹਾਂਜੀ, ਪੁਲਿਸ ਨੂੰ ਸੂਚਨਾ ਦੇ ਦਿੱਤੀ। ਹਾਂਜੀ, ਉਹ ਦੇ ਦਿੱਤੀ ਸੀ। ਮੌਕੇ ਦੇ ਸੀਸੀਟੀਵੀ ਕੈਮਰੇ ਵਗੈਰਾ ਨਹੀਂ, ਉਹ ਚੱਲਦੇ ਨਹੀਂ ਸੀ।